अज लुधियाना के स्थानक सर्किट हाउस विखे अकाल यूथ वालों बापू गुरचरण सिंह की अगवाई विच एक बैठक का आयोजन किया गया। पत्रकारां नाल गलबात करदिया अकाल यूथ दे बुलारे भाई जसविंदर सिंह राजपुरा अते भाई सतवंत सिंह लुधियाणा ने कहा कि जगतार सिंह हवारा जो कि दिल्ली दी तिहाड़ जेल विच बंद हन, उन्हां दी सेहत नाजुक बनी हुई है। उन्हां दे सैल भी बहुत घट हो गए हैं, पर फिर भी दिल्ली सरकार अते तिहाड़ जेल दा प्रशासन उन्हां दा योग इलाज नहीं करवा रहा, जो कि बहुत ही मंदभागी गल है। जेकर सरकार उन्हां दा सही इलाज नहीं करवा सकती तां उन्हां नूं कुछ दिनां दी पेरोल ते रिहा कीता जावे। ਉਹਨਾਂ ਹੋਰ ਕੀ ਕੁਛ ਕਿਹਾ ਤੁਸੀਂ ਆਪ ਹੀ ਸੁਣ ਲਵੋ। ਸਾਡਾ ਇਹ ਏਜੰਡਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਸਾਹਿਬ ਕਈ ਦਿਨਾਂ ਤੋਂ ਬਹੁਤ ਜ਼ਿਆਦਾ ਬਿਮਾਰ ਚੱਲ ਰਹੇ ਨੇ ਅਤੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ, ਪਰ ਫਿਰ ਵੀ ਸਰਕਾਰ ਨੇ ਉਹਨਾਂ ਨੂੰ ਇੱਕ ਡਰਾਮਾ ਕੀਤਾ ਕਿ ਦੀਨ ਦਿਆਲ ਹਸਪਤਾਲ 'ਚ ਦਾਖਲ ਕਰਾਇਆ, ਪਰ ਉੱਥੇ ਕੋਈ ਟ੍ਰੀਟਮੈਂਟ ਹੋਇਆ ਨਹੀਂ, ਜਦੋਂ ਕਿ ਉਹਨਾਂ ਦੇ 40,000 ਦੇ ਨੇੜੇ ਤੇੜੇ ਸੈੱਲ ਰਹਿ ਗਏ ਨੇ। ਉਹ ਸਾਡੀ ਕੌਮ ਦੇ ਬਹੁਤ ਵੱਡੇ ਮਤਲਬ ਇੱਕ ਆਗੂ ਨੇ, ਇੱਕ ਜਥੇਦਾਰ ਨੇ, ਅਤੇ ਸਰਕਾਰ ਉਹਨਾਂ ਦੀ ਇੰਨੀ ਲਾਪਰਵਾਹੀ ਕਰ ਰਹੀ ਹੈ। ਸੋ ਅਸੀਂ ਅੱਜ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਸਰਕਾਰ ਜਲਦ ਤੋਂ ਜਲਦ ਪੈਰੋਲ 'ਤੇ ਰਿਹਾ ਕਰੇ, ਕਿਉਂਕਿ ਜੇਕਰ ਸਾਧਵੀ ਪ੍ਰਿਗਿਆ ਜਿਹਨੇ ਅਨੇਕਾਂ ਬੰਬ ਬਲਾਸਟ ਕੀਤੇ ਨੇ ਉਹਨੂੰ ਪੈਰੋਲ ਮਿਲ ਸਕਦੀ ਹੈ, ਜੇਕਰ ਖੋਖਰ ਨਾਂ ਦਾ ਬੰਦਾ ਜਿਹਨੇ 5 ਸਿੱਖਾਂ ਨੂੰ ਜਿਉਂਦੇ ਸਾੜਿਆ ਹੋਵੇ, ਗੁਰੂ ਘਰ ਨੂੰ ਅੱਗ ਲਾਈ ਹੋਵੇ, ਉਸ ਬੰਦੇ ਨੂੰ ਮੈਡੀਕਲ ਪੈਰੋਲ ਦਿੱਤੀ ਜਾਂਦੀ ਹੈ। ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਨੇ ਅਫਸਰ ਨੇ ਪੰਜਾਬ ਪੁਲਿਸ ਦੇ, ਉਹਨਾਂ ਨੂੰ ਮੈਡੀਕਲ ਪੈਰੋਲ ਦਿੱਤੀ ਜਾਂਦੀ ਹੈ। ਲਾਲੂ ਯਾਦਵ ਨੂੰ 4 ਘੁਟਾਲੇ 'ਚ ਪੈਰੋਲ ਮਿਲਦੀ ਹੈ। ਉਸ ਤੋਂ ਬਾਅਦ ਓਮ ਪ੍ਰਕਾਸ਼ ਚੌਟਾਲੇ ਨੂੰ ਵੀ ਜਿਹੜਾ ਐਜੂਕੇਸ਼ਨ ਦੇ ਉੱਤੇ ਸਕੈਮ ਕੀਤਾ ਸੀ ਇਹਨਾਂ ਨੇ ਭਰਤੀ ਦੇ ਉੱਤੇ ਟੀਚਰਾਂ ਦੀ, ਉਹਦੇ ਵਿੱਚ ਪੈਰੋਲ ਮਿਲਦੀ ਹੈ। ਫਿਰ ਸਾਡੇ ਵਾਰੀ ਇਹਨਾਂ ਨੂੰ ਕੀ ਸਮੱਸਿਆ ਆਉਂਦੀ ਹੈ? ਸੋ ਅਸੀਂ ਮੰਗ ਕਰਦੇ ਹਾਂ ਵੀ ਸਿੱਖਾਂ ਦੇ ਨਾਲ ਇਸ ਮੁਲਕ ਦੇ ਵਿੱਚ ਵਿਤਕਰਾ ਹੋਣਾ ਬੰਦ ਹੋਵੇ ਅਤੇ ਜਥੇਦਾਰ ਸਾਹਿਬ ਨੂੰ ਜਲਦ ਤੋਂ ਜਲਦ ਪੈਰੋਲ ਦੇ ਉੱਤੇ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਦੇ ਹੱਥਕੜੀਆਂ ਲਾ ਕੇ ਬੈੱਡ ਨਾਲ ਸੀ, ਬੈੱਡ ਤੋਂ ਸਿਰਫ ਟੋਇਲਟ ਤੱਕ ਲੈ ਕੇ ਜਾਂਦੇ ਸੀ, ਉਹ ਨਾਲ ਦੀ ਨਾਲ ਫਿਰ ਉੱਤੇ ਬਿਠਾ ਦਿੰਦੇ ਸੀ। ਇੰਨਾ ਅਣਮਨੁੱਖੀ ਤਸ਼ੱਦਦ ਉਹਨਾਂ ਦੇ ਕੀਤਾ ਗਿਆ, ਬਿਲਕੁਲ ਪ੍ਰੋਪਰ ਇਲਾਜ ਨਹੀਂ, ਪ੍ਰੋਪਰ ਖੁਰਾਕ ਨਹੀਂ ਜਿਸ ਚੀਜ਼ ਦੀ ਉਹਨਾਂ ਨੂੰ ਲੋੜ ਸੀ। ਇਸ ਕਰਕੇ ਉਹਨਾਂ ਨੂੰ ਫਿਰ ਵਾਪਸ ਜੇਲ੍ਹ ਭੇਜ ਦਿੱਤਾ ਗਿਆ, ਪਰ ਜਦੋਂ ਵਾਪਸ ਭੇਜਿਆ ਉਹਦੀ ਮੈਡੀਕਲ ਰਿਪੋਰਟ ਸੀ ਵੀ 65,000 ਸੈੱਲ ਸੀ, ਜਿਹੜੇ ਕਿ ਬਹੁਤ ਘੱਟ ਹੈ। ਇਸ ਕਰਕੇ ਉਹਨਾਂ ਦਾ ਬਿਲਕੁਲ ਇਲਾਜ ਨਹੀਂ ਹੋ ਰਿਹਾ। ਮੰਗ ਸਾਡੀ ਹੈ ਵੀ ਸਾਨੂੰ ਪਰੋਲ ਮਿਲਣੀ ਚਾਹੀਦੀ ਹੈ, ਅਸੀਂ ਆਪ ਇਲਾਜ ਕਰਾ ਸਕੀਏ ਉਹਨਾਂ ਦਾ ਚੰਗੇ ਹਸਪਤਾਲ 'ਚ। ਦੇਖੋ ਅਸੀਂ ਸਾਡੇ ਵਕੀਲ ਉੱਥੇ ਗਏ ਹਾਂ, ਕੋਰਟ 'ਚ ਗਏ ਹਾਂ, ਅਸੀਂ ਜੋ ਹੈ ਸੰਗਤਾਂ ਸਾਡੇ ਤੋਂ ਪੁੱਛ ਰਹੀਆਂ ਵੀ ਇਹਦੇ ਖਿਲਾਫ਼ ਸਾਨੂੰ ਕੀ ਐਕਸ਼ਨ ਲੈਣਾ ਚਾਹੀਦਾ। ਅਸੀਂ ਇਹਨਾਂ ਸਰਕਾਰਾਂ ਦੇ ਖਿਲਾਫ਼, ਭਾਵੇਂ ਦਿੱਲੀ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ, ਉਹਦੇ ਖਿਲਾਫ਼ ਬੜਾ ਜਿਹਾਦ ਖੜਾ ਕਰਾਂਗੇ, ਕਿਉਂਕਿ ਬਹੁਤ ਉਹਨਾਂ ਨੂੰ ਇੰਨੇ ਪਿਆਰ ਕਰਦੇ ਹਾਂ ਵੀ ਉਹ ਵਾਰ ਵਾਰ ਪੁੱਛ ਰਹੇ ਹਾਂ ਵੀ ਸਾਨੂੰ ਕੋਈ ਐਕਸ਼ਨ ਲੈਣਾ ਚਾਹੀਦਾ। ਅਸੀਂ ਇਸੇ ਵੇਟ ਕਰ ਰਹੇ ਹਾਂ ਵੀ ਸਰਕਾਰ ਇਸ 'ਤੇ ਕੀ ਆਪਣਾ ਪ੍ਰਤੀਕਰਮ ਦੇ ਰਹੀ ਹੈ। ਲੁਧਿਆਣਾ ਤੋਂ ਕੈਮਰਾਮੈਨ ਗਗਨ ਦੇ ਨਾਲ ਰਾਜੇਸ਼ ਮਹਿਰਾ ਦੀ ਰਿਪੋਰਟ, ਸਿਟੀ ਹੋਮ ਨਿਊਜ਼।